ਮੈਨੂੰ ਇਹ ਦੱਸ, ਇਹ ਮਿਲੇ ਕਿੱਥੇ ਔਰ ਕਿੱਦਾਂ? ਇੰਨੇ ਇੰਟਰਸਟਿੰਗ ਤਰੀਕੇ ਨਾਲ ਮਿਲੇ ਕਿ ਜਦੋਂ ਪਹਿਲੀ ਵਾਰੀ ਦੋਨਾਂ ਦੀ ਮੁਲਾਕਾਤ ਹੋਈ ਤਾਂ ਤੂੰ ਤੂੰ ਮੈਂ ਲੜਾਈ ਝਗੜੇ ਦੇ ਵਿੱਚ। ਮੈਂ ਤੈਨੂੰ ਕਿੰਨੀ ਵਾਰ ਸਮਝਾ ਚੁੱਕਾ, ਮੇਰਾ ਕਿਸੇ ਨਾਲ ਕੋਈ ਅਫੇਅਰ ਨਹੀਂ ਹੈ। ਸਾਰੀ ਦੁਨੀਆ ਦੇ ਵਿੱਚ ਰੌਲਾ ਪਾ ਪਾ ਕੇ ਤੂੰ ਮੈਨੂੰ ਬਦਨਾਮ ਕਰ ਦਿੱਤਾ। ਆ ਸਾਰੇ ਫਸਾਦ ਦੀ ਜੜ ਆ ਤੇਰੇ ਚਮਚੇ ਦੋਸਤ ਨੇ। ਕੱਚੇ ਕੰਨਾਂ ਵਾਲੀ ਨਾ ਹੋਵੇ ਤਾਂ। ਓਏ ਓਏ, ਇਹ ਤਾਂ ਵਿਚਾਰੀ ਕੱਚੇ ਕੰਨਾਂ ਵਾਲੀ ਆ, ਪਰ ਤੂੰ ਤਾਂ ਕੱਚੇ ਕੈਰੇਕਟਰ ਵਾਲਾ ਹੈ। ਓ ਹੈਲੋ, ਪਾਗਲਾਂ ਦੇ ਮਹੱਲੇ ਦੀ ਪ੍ਰਧਾਨ, ਜ਼ੁਬਾਨ ਸੰਭਾਲ ਕੇ ਗੱਲ ਕਰੀ ਸਾਡੇ ਨਾਲ, ਬੜੀ ਆਈ ਕੈਰੇਕਟਰ ਦੱਸਣ ਵਾਲੀ। ਤੂੰ ਜੱਜ ਲੱਗੀ ਇੱਥੇ? ਜੱਜ ਹੁੰਦੀ ਤਾਂ ਏਦਾਂ ਦੇ ਸਾਰੇ ਡੰਗਰ ਕਾਲੇ ਪਾਣੀ ਚੁੰਦੇ। ਤੁਹਾਡੇ ਵਰਗੇ ਲੋਕਾਂ ਦਾ ਫੈਸਲਾ ਅਸੀਂ ਹੁਣੇ ਹੀ ਕਰ ਦਿਆਂਗੇ। ਦੋ ਛਿੱਤਰ ਪੈਣਗੇ ਤੇ ਸਾਰੀ ਚਰਬੀ ਨਿਕਲ ਜਾਣੀ ਹੈ। ਮੈਂ ਵੈਸੇ ਔਰਤਾਂ ਤੇ ਹੱਥ ਨਹੀਂ ਚੱਕਦਾ, ਪਰ ਤੇਰੇ ਵਰਗੇ ਡੰਗਰਾਂ ਲਈ ਕੋਈ ਲਿਹਾਜ਼ ਵੀ ਨਹੀਂ ਮੇਰੇ ਕੋਲੇ। ਬਹੁਤੀਆਂ ਛਾਲਾਂ ਨਾ ਮਾਰ, ਸਾਡੇ ਸ਼ਹਿਰ 'ਚ ਵੈਸੇ ਵੀ ਹਸਪੀਟਲ ਘੱਟ ਨੇ ਡੰਗਰਾਂ ਦੇ। ਵੀਰੇ ਛੱਡ ਯਾਰ, ਕਿਉਂ ਇਹਨਾਂ ਦਾ ਮੂੰਹ ਲੱਗਦਾ? ਇਹਨਾਂ ਨੇ ਤਾਂ ਆਪਣੇ ਖਾਨਦਾਨ ਵਰਗੇ ਦੋਸਤ ਲੱਭੇ ਨੇ ਸਾਰੇ। ਹਾਂ, ਇਹਨਾਂ ਨੂੰ ਤਾਂ ਦਾਜ ਵਿੱਚ ਰੱਸਾ ਦੇਣਾ ਚਾਹੀਦਾ ਸੀਗਾ। ਤੂੰ ਮੇਰੇ ਪਤੀ ਨੂੰ ਥੱਪੜ ਮਾਰਿਆ? ਤੇਰੀ ਹਿੰਮਤ ਕਿੱਦਾਂ ਹੋਈ? ਨਤਾਸ਼ਾ, ਮੈਂ ਤੈਨੂੰ ਸਪੋਰਟ ਕਰ ਰਹੀ ਹਾਂ, ਇਹ ਐਸੇ ਲਾਇਕ ਹੈ। ਮੈਂ ਇਹਦੀ ਪਤਨੀ ਹਾਂ, ਇਹ ਫੈਸਲਾ ਮੈਂ ਕਰਾਂਗੀ ਇਹ ਕਿਸ ਲਾਇਕ ਹੈ। ਸ਼ੁਭੂ, ਮੈਂ ਬਹਿਕ ਗਈ ਸੀ, ਇਹਨਾਂ ਸਾਰਿਆਂ ਨੇ ਸਾਡੀ ਸਿਚੁਏਸ਼ਨ ਦਾ ਫਾਇਦਾ ਚੁੱਕਿਆ ਤੇ ਸਾਨੂੰ ਲੜਾ ਤਾ। ਇਹ ਦੋਸਤ ਨਹੀਂ, ਇਹ ਤਾਂ ਜੱਲਾਦ ਨੇ, ਜੱਲਾਦ। ਕੀ? ਮੈਂ ਜੱਲਾਦ? ਪਿਛਲੇ 4 ਦਿਨਾਂ ਤੋਂ ਇਹਨੂੰ ਮਾਰਨ ਦੇ ਨਵੇਂ ਨਵੇਂ ਤਰੀਕੇ ਤੂੰ ਗੂਗਲ ਤੇ ਲੱਭਦੀ ਪਈ ਸੀ ਤੇ ਮੈਂ ਜੱਲਾਦ? ਤੁਹਾਨੂੰ ਦੋਨਾਂ ਨੂੰ ਤਾਂ ਸੂਲੀ ਤੇ ਚੜਾ ਦੇਣਾ ਚਾਹੀਦਾ ਹੈ। ਅੱਜ ਤੋਂ ਬਾਅਦ ਦੁਬਾਰਾ ਗਲਤੀ ਨਾਲ ਵੀ ਮੈਨੂੰ ਨਹੀਂ ਮਿਲਣਾ, ਵਰਨਾ ਮਰੋ। ਸ਼ਿਬੂ, ਜੇ ਪਹਿਲੀ ਮੁਲਾਕਾਤ ਇਦਾਂ ਦੀ ਹੋਵੇ ਤਾਂ ਸਟੋਰੀ ਯਾਰ ਉੱਥੇ ਹੀ ਖਤਮ ਹੋਣੀ ਚਾਹੀਦੀ। ਇਹ ਦੁਬਾਰਾ ਕਿੱਦਾਂ ਮਿਲ ਗਏ? ਉਸ ਤੋਂ ਵੀ ਵੱਡੀ ਗੱਲ ਹੈ, ਦੋਸਤ ਕਿੱਦਾਂ ਹੋ ਗਏ? ਜਿਵੇਂ ਤੇਰਾ ਇੰਟਰਸਟ ਬਣਿਆ ਹੋਇਆ ਨਾ ਕਹਾਣੀ ਦੇ ਵਿੱਚ, ਮੈਨੂੰ ਤਾਂ ਗੌਰ ਜੀ ਦਾ ਵੀ ਇਹਨਾਂ ਦੀ ਕਹਾਣੀ ਦੇ ਵਿੱਚ ਇੰਟਰਸਟ ਬਣ ਗਿਆ ਸੀ। ਆ ਗੁੰਜਨ ਨੂੰ ਚਾਹੀਦਾ ਸੀ ਇੱਕ ਰੈਂਟ ਤੇ ਰੂਮ। ਉਹਨੇ ਇੱਕ ਦਿਨ ਅਖਬਾਰ ਦੇ ਵਿੱਚ ਇਸ਼ਤਿਹਾਰ ਪੜ੍ਹਿਆ ਕਿ ਇੱਕ ਥੀਏਟਰ ਆਰਟਿਸਟ ਨੂੰ ਪਾਰਟਨਰ ਚਾਹੀਦਾ ਆਪਣੇ ਰੂਮ ਦੇ ਵਿੱਚ ਰਹਿਣ ਲਈ, ਉਹਦੇ ਨਾਲ ਕਿਰਾਇਆ ਸਾਂਝੇ ਹੋ ਜਾਊਗਾ, ਕੂਲ ਸ਼ਾਂਤ। ਗੁੰਜਨ ਨੇ ਪੜ੍ਹਿਆ ਤੇ ਬੈਗ ਚੱਕ ਕੇ ਪਹੁੰਚ ਗਈ। ਹੈਪੀ, ਇਹ ਜ਼ਾਲਿਮ ਦੁਨੀਆ ਸਾਨੂੰ ਕਦੇ ਵੀ ਇੱਕ ਨਹੀਂ ਹੋਣ ਦੇਵੇਗੀ, ਪਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਇਹ ਦੁਨੀਆ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਪਰ ਜੇ ਅਸੀਂ ਇੱਥੇ ਨਾ ਮਿਲੇ, ਅਸੀਂ ਉੱਪਰ ਜਾ ਕੇ ਜ਼ਰੂਰ ਮਿਲਾਂਗੇ। ਮੈਂ ਜਾ ਰਹੀ ਹਾਂ। ਨਹੀਂ, ਜਾ ਰਹੀ ਹਾਂ ਮੈਂ। ਨਹੀਂ, ਮੈਂ ਜਾ ਰਹੀ ਹਾਂ। ਤੇਰੇ ਤੋਂ ਬਿਨਾ ਰਹਿਣਾ ਮੈਂ ਵੀ ਨਹੀਂ ਹੁਣ। ਆਹ 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 ਆਹ